ਸਨੈਚਿੰਗ ਦੀਆਂ ਵਾਰਦਾਤਾਂ, ਲੁੱਟਾਂ ਖੋਹਾਂ ਔਰ ਇਹਦੇ ਨਾਲ ATM ਜਿਹੜਾ ਭੋਲੇ ਭਾਲੇ ਲੋਕਾਂ ਨੂੰ ਮਤਲਬ ਗੁੰਮਰਾਹ ਕਰਕੇ ਉਹਨਾਂ ਦਾ ATM ਲੈ ਲੈਂਦੇ ਸੀ। ਉਸ ATM 'ਚੋਂ ਫਿਰ ਸਾਰਾ ਸਾਫ ਕਰ ਦਿੰਦੇ ਸੀ, ਜਿੰਨਾ ਕੁ ਉਹਨਾਂ ਦਾ ਕੈਸ਼ ਹੁੰਦਾ ਸੀ 10-20 ਹਜ਼ਾਰ ਤੱਕ। ਸਰ ਕਿੰਨੀ ਚਿਰ ਦੇ ਸਰ ਇਹ ਕੰਮ ਕਰ ਰਹੇ ਸੀ? ਇਹ ਇਹਨਾਂ ਦੇ ਖਿਲਾਫ਼ ਪਹਿਲਾਂ ਮੁਕੱਦਮੇ ਦੇ ਦਰਜ ਆ ਦੋਵਾਂ 'ਤੇ, ਇੱਕ ਦੇ ਖਿਲਾਫ਼ 3 ਕੇਸ ਦਰਜ ਆ, ਦੂਸਰੇ ਦੇ 5। ਕੀ ਕੰਮ ਕੀ ਕਰਦੇ ਸਰ? ਇਹ ਕੰਮ ਇੱਕ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਸੀ ਦੀਪਕ, ਅਤੇ ਜਿਹੜਾ ਸੂਰਜ ਮੋਹਿਤ ਹੈ ਇਹ ਕਲੀਨਰ ਸੀਗਾ ਇਹਦੇ ਵਿੱਚ IOC 'ਚ। ਸਰ ਇਹ ਤੋਂ ਇਲਾਵਾ ਹੋਰ ਵੀ ਵੱਡੀ ਵਾਰਦਾਤ ਕੀਤੀ ਇਹਨੇ ਕੋਈ? ਇਹ ਹਾਲੇ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਦੀ ਮਜ਼ੀਦ ਕੋਸ਼ਿਸ਼ ਕਰਾਂਗੇ, ਉਹਦੇ ਵਿੱਚ ਜਿਹੜਾ ਵੀ ਜੋ ਵੀ ਇਨਕਸ਼ਾਫ ਕਰਨਗੇ ਉਹਦੇ ਮੁਤਾਬਕ ਫੈਮਿਲੀ। ਇਹ ਇੱਕ ਜਿਹੜਾ ਬੰਦਾ ਹੈ ਦੀਪਕ ਹੈ, ਇਹ 33 ਸਾਲ ਦੀ ਉਮਰ ਦਾ ਹੈ ਅਤੇ ਇਹਦੇ ਜਿਹੜੇ ਸ਼ਾਦੀਸ਼ੁਦਾ ਹੈ ਔਰ ਇਹ ਸਟਾਰ ਪੈਰਾਡਾਈਜ਼ ਕਲੋਨੀ ਦਾ ਰਹਿਣਾ। ਸਰ ਇਹ ਮੋਟਰਸਾਈਕਲ ਬਰਾਮਦ ਹੋਇਆ ਉਹ ਇਹਨਾਂ ਦਾ ਆਪਣਾ? ਉਹ ਮੋਟਰਸਾਈਕਲ ਅਸੀਂ ਤਸਦੀਕ ਕਰਾਂਗੇ ਵੀ ਉਹ ਕਿਹਦੇ ਨਾਂ 'ਤੇ ਹੈ, ਇਹਨਾਂ ਦਾ ਜਾਂ ਉਹ ਕਿਸੇ ਦਾ ਚੋਰੀ ਕੀਤਾ।